हेलो जी, वेलकम बैक टू फादर रिएक्शन। और आज हम रिएक्शन देने वाले हैं बैंड वजे। बैंड बारात होते हैं, बैंड बाजे होते हैं, वजे लिखा हुआ है, हो सकते कोई और वर्ड हो। अच्छा चलो शुरू करते हैं। एक ट्रेलर है, ऑफिशियल ट्रेलर है, तो शुरू करते हैं। ਨਾ ਪਾਕਿਸਤਾਨੀ ਬਾਡੀ ਦੇ ਕੀ ਨੁਕਸਾਨ ਮੈਨੂੰ ਦੱਸਿਓ। ਉਹਨੇ ਵੀ ਜਵਾਕ ਹੀ ਜਮਣੇ ਕਰੇ, ਬਲੂਬੜੇ ਜਮਣੇ, ਬਲੂਬੜੇ ਜਮਣ ਵਾਲੇ ਦੇ ਸਿੱਧ ਤਾਂ ਮੈਂ 100 ਵਾਰੀ ਪਾਣੀ ਮਾਰ ਦੂੰ, ਪਰ ਜੇ ਕਿਤੇ ਪਾਕਿਸਤਾਨੀ ਲੈ ਆ ਨਾ, ਮੈਂ ਮੱਥੇ 'ਚ ਗੜਵੀ ਮਾਰਨੀ। ਤੁਸੀਂ ਤਾਂ ਕਹਿੰਦੇ ਰਿਸ਼ਤਾ ਵੀ ਉਹ ਲੱਭਦੇ ਆ, ਕਿਹਨਾਂ ਨੇ ਕਿਤੇ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਨਾ ਦੇਖਿਆ ਹੋਵੇ। ਨਾ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਹੀ ਰਹਿ ਗਿਆ ਦੇਖਣ ਨੂੰ। ਹੋਰ ਕੰਟਰੀਆਂ ਨੂੰ ਅੱਗ ਲੱਗ ਗਈ। ਆ ਕਿਰਾਇਆ ਫੜ ਜਾਂ ਭਾਂਡੇ 'ਚ ਵੜ। ਖੋਲਿਆ ਪਿਓ ਵਾਲਾ ਮੈਰਿਜ ਬਿਊਰੋ, ਮੰਗਿਆ ਕੀ ਸੀ ਤੇਰੇ ਕੋਲੋਂ? ਇੱਕ ਸਿੰਪਲ ਜੀ ਕੁੜੀ ਜਿਹੜੀ ਸਿਰ ਤੇ ਚੁੰਨੀ ਲੈਂਦੀ ਹੋਵੇ, ਘਰ ਦੇ ਕੰਮ ਕਰਦੀ ਹੋਵੇ, ਕੱਪੜਾ ਲੀੜਾ। ਸਮਝ ਗਿਆ ਆ, ਇਹਨਾਂ ਨੂੰ ਕਿਦਾਂ ਫੁਲਕਾਰੀ ਵਾਲੀ ਅੰਜਲੀਨਾ ਜੋਲੀ ਚਾਹੀਦੀ ਆ। ਇੰਨੇ ਗੁਣ ਤਾਂ ਕੁੰਡਲੀ 'ਚ ਨਹੀਂ ਹੁੰਦੇ ਜਿੰਨੇ ਕੁੜੀ 'ਚ ਭਾਲਦੇ ਨੇ। ਇਹੋ ਜਿਹੀ ਕੁੜੀ ਤਾਂ ਫਿਰ ਆਰਡਰ 'ਤੇ ਬਣਾਉਣੀ ਪੈਣੀ ਆ। ਬਿੱਲੋ ਦੇ ਘਰ ਦਾ ਕਿਦਾਂ ਪਤਾ ਲੱਗ ਗਿਆ ਆ? ਬਟ ਇਹ ਵੀ ਪਤਾ ਲੱਗਿਆ ਆ ਕਿ ਬਿੱਲੋ ਨਾਲ ਔਖਾ ਤਾਂ ਪੇ ਬਣਾਉਣਾ ਹੀ ਆ। ਬਸ ਕਰੋ, ਓਏ ਸ਼ੁਕਰ ਕਰੋ ਤੁਹਾਡੇ ਦਾਦੇ ਪੜਦਾਦਿਆਂ ਦੀ ਲਾਟਰੀ ਨਿਕਲੀ ਜਿਹੜੀ ਹੁਣ ਤੱਕ ਕੰਮ ਆਈ ਜਾਂਦੀ ਆ। ਇੰਗਲੈਂਡ 'ਚ ਕਿਹੜਾ ਨੌਕਰ ਰੱਖਦਾ? ਤੁਹਾਨੂੰ ਵੀ ਮੇਰੇ ਦਾਦਾ ਜੀ ਨੇ ਨੌਕਰ ਹੀ ਰੱਖਿਆ ਸੀ, ਭਾਂਡੇ ਮਾਂਜਦਾ ਮਾਂਜਦਾ ਉਹਨਾਂ ਦੀ ਪੋਤੀ ਹੋਈ ਮਾਂਜ ਗਿਆ। ਮੈਨੂੰ ਸੌਰਭ ਤੀਰ ਵੇ ਸੌਰਭ ਦੀ ਸਾ ਚੜ ਕੇ ਆਵੇ। ਕਰੇਲੇ ਤੂੰ ਬਣਾਏਗਾ ਤੁਹਾਡੇ ਘਰ ਦਾ ਨੌਕਰ ਜੋ ਹੋਇਆ। ਤੁਸੀਂ ਬਿਲਕੁਲ ਸਹੀ ਸੁਣਿਆ, ਤਾਂ ਹੀ ਤਾਂ ਹੈਰਾਨੀ ਦੇ ਨਾਲ ਤੁਹਾਡੇ ਮੂੰਹ ਦੇ ਵਿੱਚੋਂ ਕੀ ਨਿਕਲਿਆ। ਮੈਡਮ ਤੁਸੀਂ ਅੱਜ ਡਿਨਰ ਦੇ ਵਿੱਚ ਕੀ ਲਓਗੇ? ਬਸ ਉੱਠਣੀ ਲੱਗਿਆ ਸੀ ਜੀ। ਉੱਠਣ ਦੀ ਕੀ ਲੋੜ ਹੈ? ਬਿੱਲੋ ਮੇਰੇ ਦੋਸਤ ਦੀ ਬੇਟੀ ਹੈ। ਉਹ ਅੱਛਾ ਅੱਛਾ, ਪੰਜਾਬ ਤੋਂ ਸਟੂਡੈਂਟ ਵੀਜ਼ੇ ਤੇ ਆਈ ਹੋਈ ਹੈ? ਆਈ ਤਾਂ ਪੰਜਾਬ ਤੋਂ ਹੀ ਆ, ਪਰ ਉਧਰ ਵਾਲੇ ਪੰਜਾਬ ਤੋਂ। ਮੁੰਡਾ ਚੜ੍ਹਦੇ ਪੰਜਾਬੋਂ ਬੱਲੀਏ, ਪੰਜਾਬ ਲਿਆ ਯਾਰ ਕਸ਼ਮੀਰ। ਦਿਲ ਚ ਹੌਲ ਜਿਹਾ ਪਈ ਜਾਂਦਾ। ਇਹ ਵੀ ਕਿੱਦਾਂ ਢੀਠ ਹੈ ਆ ਤੂੰ, ਕਿੱਦਾਂ ਤੇਰੇ ਨਾਲ ਹੋਈ ਆ? ਤੈਨੂੰ ਤਾਂ ਦਿਲ ਨੂੰ ਹੌਲ ਨਹੀਂ, ਦਿਲ ਦਾ ਦੌੜਾ ਪੈਣਾ ਚਾਹੀਦਾ ਸੀ। ਜਿਵੇਂ ਆਪਾਂ ਨੂੰ ਭੁਲੇਖਾ ਪਿਆ, ਉਹ ਬਾਜਵੇ ਦੀ ਕੁੜੀ ਹੈ, ਐਂ ਮੇਰੇ ਘਰ ਦੇ ਨੂੰ ਭੁਲੇਖਾ ਪਾ ਦਿੰਦੇ। ਮੈਡੀਕਲ ਟੌਪਰ, ਜੇ ਸਰਜਰੀ ਦੇ ਟਾਈਮ ਐਨੇਸਥੀਸੀਆ ਦਾ ਅਸਰ ਖਤਮ ਹੋ ਜਾਏ ਤਾਂ ਸਰਜਨ ਨੂੰ ਕੀ ਕਰਨਾ ਚਾਹੀਦਾ? ਸਰਜਨ ਨੇ ਤਾਂ ਇਹਦੇ 'ਚ ਫੇਰ ਕੀ ਕਰਨਾ? ਫੇਰ ਤਾਂ ਸਿਰਜਨ ਹਾਰ ਨੇ ਕਰਨਾ ਜੋ ਕਰਨਾ ਆ। ਡੈਡੀ ਡੈਡੀ ਸੌਰੀ ਦਾ ਡੈਡੀ ਭੁੰਜੇ ਡੁੱਲਿਆ ਜਿਹੜਾ ਥੱਲੇ ਉਹ ਇਕੱਠਾ ਕਰਨ ਲੱਗਿਆ ਹੋਇਆ। ਡੈਡੀ ਡੈਡੀ ਹਰ ਜਗ੍ਹਾ ਕੰਮ ਪੈਸੇ ਸੁੱਟਣੇ ਤਾਹਾਨੂੰ ਅੱਛੀ ਇੱਕ ਮਿੰਟ ਹਰ ਜਗ੍ਹਾ ਕੰਮ ਪੈਸੇ ਸੁੱਟਣੇ। ਵਾਹ ਗੰਦੀਆਂ ਕਰ ਤੂੰ ਤਾਂ ਮੈਂ ਕਰਾਂ ਤਾਂ ਹੁਣ ਇਹਦੀ ਲਾਹੋ। ਅੱਜ ਇਹ ਸਿਰ ਪਾਟੇਗਾ ਤਾਂ ਸਿਰਫ ਦਾਸ ਦਾ ਪਾਟੇਗਾ। ਹਾਏ ਮੈਂ ਮਰ ਗਈ, ਆ ਕੀ ਹੋ ਗਿਆ? ਹਾਏ ਮੈਂ ਮਰ ਗਈ, ਆ ਕੀ ਹੋ ਗਿਆ? ਕਿਦਾਂ ਤੁਹਾਡੇ ਘਰ ਬੰਦਾ ਮੜਿਆ ਪਿਆ, ਤੁਸੀਂ ਗਿੱਧਾ ਪਾਉਣ ਲੱਗੇ ਹੋ? ਹਰ ਜਗ੍ਹਾ ਕੰਮ ਪੈਸੇ ਸੁੱਟਣੇ ਤਾਹਾਨੂੰ भाई। ये एक पंजाबी का ट्रेलर था, मुझे काफ़ी पसंद आया। शुरू से लेके एंड तक ही कॉमेडी कॉमेडी चल रही थी। मुझे नहीं पता था कि कौन से लैंग्वेज का जो है फिल्म है, क्योंकि जब बैंड बाजे होते हैं, इन्हें बैंड वजे लिखे होता है, तो मुझे समझ नहीं आता कि क्या लिखा हुआ है, मतलब कि क्या प्रोनाउंसिंग है, क्या चीज़ है। तो फिर जाके जब ट्रेलर शुरू हुआ तो पता चला। अच्छा भाई, शुरू होते ही पाकिस्तान और इंडिया के हालात जैसे हो रहे हैं ना, तो उसी में कुछ बातें चल रही है कि पाकिस्तान और इंडिया के मैच के बारे में बातें भी। अच्छा, लड़की जो इसको पसंद आ रही है वो पाकिस्तान के पंजाब से है, तो स्टोरी जो है अचानक से इससे चेंज हुई तो मैं हैरान हो गया यार। और दूसरी बात कि यार फिल्म की बात करें तो एक अच्छी सी स्टोरी है पाकिस्तान और इंडिया के दोस्ती के बारे में भी हो सकती है, क्योंकि जो लड़का पसंद करता है लड़की को वो पंजाब की है मगर पाकिस्तान की पंजाब की है, तो हो सकता है कि यार दोनों देश जो है वो इसी तरह से अच्छे से हालात पेश हुए, लोग एक दूसरे से प्यार करते हैं, उसी तरह से हालात भी अच्छे हो जाए, क्योंकि हालात बहुत ही ख़राब हो रहे थे कुछ दिन पहले, अभी भी हालात सही नहीं है। बट अभी भी हम चाहते हैं कि यार अमन हो और लोग एक दूसरे से बातचीत करें, जिस तरह पाकिस्तान वाले इंडिया जा रहे हैं, इंडिया वाले पाकिस्तान में आ रहे हैं, तो ऐसा हो। बट इस फिल्म के ज़रिए भी काफ़ी मुझे पता चल गया, और अभी भी लोग जो है इस फिल्म के ज़रिए भी जो है दोस्ती का हाथ बढ़ाना चाहते हैं, और वो चाहते हैं कि हम
शादी करे वो लड़की से करे मगर वो पाकिस्तान की लड़की से है, फुल स्टोरी तो नहीं पता। फुल स्टोरी जब फिल्म आएगा तभी पता चलेगी। एंड मूवी काफ़ी अच्छी है, शुरू से एंड तक ही कॉमेडी कॉमेडी है और पंजाबी थोड़ी बहुत समझ आती है मुझे, बट थोड़ी बोलने भी आती, दो तीन वर्ड बोलने आते, ज़्यादा बोलने नहीं आते। एंड पूरे ट्रेलर यार कॉमेडी से ही बना हुआ है और बहुत ही अच्छा लगा मुझे। सीजन में जब शादियाँ होंगी तो शादियों में ये सॉन्ग इनके काफ़ी अच्छे आएंगे और ढुमके लगेंगे जैसे ढुमके लगते हैं पंजाबी शादियों में और पंजाबी गानों के ऊपर। तो ये जब पंजाबी गाने आने वाले हैं तो बड़े अच्छे अच्छे से गाने भी आने वाले हैं और पंजाबी के लोगों के लिए, और उम्मीद है कि आपको भी पसंद आएगा। 15 मार्च में रिलीज होगा और बारे में बता सकते कि कैसा लगा आपको, और उम्मीद करते हैं कि आपको अच्छा लगा होगा। अच्छा लगा हो लाइक करें, शेयर करें, सब्सक्राइब करें, सब्सक्राइब के साथ बेल बटन दबाएं ताकि आने वाली वीडियोस की नोटिफिकेशन आपको बर वक्त मिल सके। आज के लिए इतने काफ़ी, मिलते हैं अगले वीडियो में, तब तक के लिए अल्लाह हाफिज़।